लै भी साथी प्यारियो, आप अपने किसान वीर दे नाल तुहाडी गल करावांगे कित्थों आए हुए ने, जो कि अज चांदपुरा बन्न ते सेवा करन वास्ते आए हुए ने। ਕਿਹੜਾ ਪਿੰਡ ਬਾਈ ਆਪਣਾ? ਬਾਈ ਮੈਂ ਕਰੰਡੀ ਤੋਂ, ਹਰਿਆਣੇ ਤੋਂ। ਕਰੰਡੀ ਹਰਿਆਣਾ? ਹਾਂਜੀ ਬਾਈ ਜੀ। ਕੀ ਨਾਮ ਆਪਣਾ? ਮੇਰਾ ਨਾਮ ਵਿੱਕੀ ਹੈ ਬਾਈ ਜੀ। ਵਿੱਕੀ? ਹਾਂਜੀ। ਅਸੀਂ ਸਾਡੇ ਇੱਥੋਂ 4 ਟਰੈਕਟਰ ਆਏ ਹੋਏ ਆ ਸਾਡੇ ਪਿੰਡ ਚੋਂ। ਹਾਂਜੀ। ਤੇ 4 ਟਰੈਕਟਰ ਤੁਸੀਂ ਲਗਾਤਾਰ ਸੇਵਾ ਨਿਭਾ ਰਹੇ ਹੋ ਜੀ? ਹਾਂਜੀ ਲਗਾਤਾਰ। ਕਿਵੇਂ ਜੀ? ਅਸੀਂ ਅੱਜ ਆਏ ਸੀ ਜੀ। ਹਾਂਜੀ। ਸਾਰੇ ਕਿਸਾਨ ਭਰਾਵਾਂ ਨੂੰ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਪਿੰਡ ਕਰੰਡੀ ਤੋਂ ਬਾਈ, ਮੇਰੇ ਸਾਥੀ ਸਾਰੇ ਕਰੰਡੀ ਤੋਂ, ਅਸੀਂ 4 ਟਰੈਕਟਰ ਲੈ ਕੇ ਆਏ ਹਾਂ ਅਤੇ 5-7 ਸਾਡੇ ਸੇਵਾਦਾਰ ਆਏ ਨਾਲ ਲੰਗਰ ਪ੍ਰਦਾਨ ਲਈ। ਅਤੇ ਬਹੁਤ ਸਾਨੂੰ ਦੁੱਖ ਹੈ ਬਾਈ, ਆਪਣੇ ਚਾਂਦਪੁਰ ਆਏ ਬਾਈਆਂ ਦਾ ਬਾਹਲਾ ਨੁਕਸਾਨ ਹੋ ਗਿਆ। ਚਾਹੇ ਛੋਟੇ ਛੋਟੇ ਜ਼ਿਮੀਂਦਾਰ ਨੇ, 2-2 ਟਾਈਟੇ ਕਿੱਲੇ ਲਏ ਉਹਨਾਂ ਨੇ ਬਾਈ, ਦੇਖਾ 5-5-6-6 ਫੁੱਟ ਬਰੇਤੀ ਚੜ ਗਈ, 2 ਤਾਂ ਐਂ 'ਚ ਚੱਕੀ ਜਾਊਗੇ। ਆਪਾਂ ਬਸ ਟਰੈਕਟਰ ਤਾਂ ਵੀਰੇ ਬਹੁਤ ਆ ਰਹੇ ਨੇ, ਬਸ ਇੱਕ ਆਪਾਂ NRI ਬਾਈਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਬਾਈ ਸਹਿਯੋਗ ਦਿਓ ਆਪਣਾ ਇਹਨਾਂ ਦਾ ਬਾਈ, ਕਿਸਾਨਾਂ ਦਾ। ਕਿਉਂਕਿ ਕਿਸਾਨ ਤਾਂ ਪਹਿਲੀ ਬਾਈ ਬਹੁਤ ਝਾਲ 'ਚ ਆ ਗਏ ਵਿਚਾਰੇ, ਪਹਿਲਾਂ ਜੀਰੀ ਝੋਨਾ ਲੱਗਿਆ ਹੋਇਆ ਸੀ, ਸਾਰਾ ਖਰਚਾ ਪੂਰਾ ਹੋ ਰਿਹਾ ਸੀ, ਇਕੱਲੀ ਬਸ ਸਪਰੇਅ ਅਤੇ ਵੱਢਣੀ ਸੀ। ਘੱਟੋ ਘੱਟ 15-16 ਹਜ਼ਾਰ ਰੁਪਏ ਕਿੱਲੇ ਦਾ ਖਰਚਾ ਆ ਰਿਹਾ ਸੀ ਬਾਈ ਜੀ, ਹੁਣ ਉਹ 15-16 ਹੋਰ ਲਾਉਣਗੇ, 30 ਹਜ਼ਾਰ ਹੋ ਗਿਆ ਵੀ ਉਹਨਾਂ ਦੀ ਤਾਂ ਪਹਿਲੀ ਬੱਸ ਹੋ ਗਈ ਬਾਈ। NRI ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਬਾਈ ਸਹਿਯੋਗ ਦਿਓ ਕਿਸਾਨਾਂ ਦਾ, ਡੀਜ਼ਲ ਦਾ ਅਤੇ ਹੋਰ ਪੈਸੇ ਥੱਲੇ ਦਾ, ਪੈਸਾ ਨਾ ਦਿਓ ਬਾਈ, ਡੀਜ਼ਲ ਖਾਤਰ ਪੈਸਾ ਪਾਓ, ਜਿਹਨੂੰ ਬਾਈ ਡੀਜ਼ਲ ਖਾਤਰ ਪੈਸਾ ਦੇਣਾ ਉਹਨੂੰ ਕਨੈਕਟ ਕਰਕੇ ਸਿੱਧਾ ਪੰਪ ਵਾਲੇ ਦੇ ਖਾਤੇ ਪਾਓ ਬਾਈ, ਹੋਰ ਵੀ ਕਿਸੇ ਦੇ ਖਾਤੇ ਨਾ ਪਾਓ। ਇਹ ਨਾ ਹੋਵੇ ਵੀ ਕਿ ਆਪਾਂ ਕਿਸੇ ਦੇ ਖਾਤੇ ਪਾ ਦਈਏ, ਮੁੜ ਕੇ ਇੱਥੇ ਡੀਜ਼ਲ ਪਹੁੰਚਣਾ ਉਹ ਖਾ ਜੇ ਬੰਦਾ, ਚਾਹੇ ਕੁਛ ਵੀ ਕਰ ਸਕਦਾ, ਕਾਲ ਯੁੱਗ ਦਾ ਟਾਈਮ ਅੱਜ ਕੱਲ੍ਹ ਬਾਈ। ਆਪਾਂ ਇਹ ਕਹਿੰਦੇ ਵੀ ਕਨੈਕਟ ਕਰਕੇ ਇੱਥੇ ਕੋਈ ਜ਼ਿੰਮੇਦਾਰ ਬੰਦੇ ਨਾਲ ਉਹਦੇ ਨਾਲ ਜਾ ਕੇ ਪੰਪ 'ਤੇ, ਪੰਪ ਵਾਲੇ ਦੇ ਖਾਤੇ 'ਚ ਪਾਓ ਜਿਹੜਾ ਪਾਉਣਾ, ਉੱਥੋਂ ਬਾਈ ਡੀਜ਼ਲ ਆਊਗਾ ਵਧੀਆ ਟਰੈਕਟਰਾਂ 'ਚ ਪਊਗਾ, ਉਹ ਤੋਂ ਬਾਅਦ ਵੀ ਕੰਮ ਚੱਲੀ ਜਾਊਗਾ। ਬਸ ਆਪਣੀ ਤਾਂ ਇਹ ਬੇਨਤੀ ਆ, ਹੋਰ ਤਾਂ ਬਾਈ ਸਾਧਨ ਤਾਂ ਬਹੁਤ ਹੋ ਗਏ, ਅਤੇ ਜੇ ਕਿਸੇ ਭਰਾ ਕੋਲ JCB ਹੈ ਬਾਈ ਕੋਈ ਕਿਰਾਏ 'ਤੇ ਲਾਉਂਦਾ ਤਾਂ ਆਪਾਂ ਉਹਨੂੰ ਕਰੰਡੀ ਵੱਲੋਂ ਕਿਰਾਇਆ ਦੇ ਦਾਂਗੇ ਬਾਈ, ਉਹ 2-3 ਦਿਹਾੜੀਆਂ ਲਾ ਕੇ ਜਾਵੇ ਅਤੇ ਡੀਜ਼ਲ ਇੱਥੇ ਪਾਉਣਗੇ ਬਾਈ। ਜੇ ਕਿਸੇ ਬਾਈ ਹੋਰ ਬਾਈ ਨੇੜੇ ਤੇੜੋ ਟਰੈਕਟਰ ਵਾਲੇ ਆਉਣੇ ਨੇ ਬਾਈ ਤਾਂ ਡੀਜ਼ਲ ਪਾਉਂਦੇ ਨੇ ਬਾਈ, ਇੱਥੇ ਡੀਜ਼ਲ ਦਾ ਸਾਰਾ ਪ੍ਰਬੰਧ ਹੈ। ਅਤੇ ਵੱਧ ਤੋਂ ਵੱਧ ਆਹੀ ਬੇਨਤੀ ਹੈ ਬਾਈ, ਸਹਿਯੋਗ ਦਿਓ ਡੀਜ਼ਲ ਦਾ, ਹੋਰ ਤਾਂ ਬਾਈ ਬਹੁਤ ਕੰਮ ਫਿੱਟ ਹੈ ਇੱਥੇ। ਅਤੇ ਇੱਕ ਬਾਈ ਉਰੇ ਜੋ ਲੰਗਰ ਦੀ ਸੇਵਾ ਹੈ ਉਹ ਲਗਾਤਾਰ ਚੱਲ ਰਹੀ ਹੈ? ਹਾਂ, ਖਾਣੇ ਪੀਣੇ ਦੀ ਕੋਈ ਬਾਈ ਉਰੇ ਇੱਥੇ ਫਰੂਟ ਤੱਕ ਆਹ ਦੇਖੋ ਬਾਈ, ਬਿਸਕੁਟ ਚਾਹ ਤਾਂ ਫੁੱਲ ਪ੍ਰਬੰਧ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਠੰਡੀ ਬੋਤਲਾਂ ਫਰੂਟੀਆਂ ਠੰਡੇ ਸਾਰਾ ਕੁਛ ਫੁੱਲ ਹੈ, ਬਸ ਆਪਾਂ ਨੂੰ ਡੀਜ਼ਲ ਦੀ ਫੁੱਲ 'ਤੇ ਫੁੱਲ ਸਹਿਯੋਗ ਚਾਹੀਦਾ, ਜਿੰਨਾ ਆਪਣੇ ਕੋਲ ਡੀਜ਼ਲ ਆਊਗਾ ਉਨਾ ਛੇਤੀ ਆਪਾਂ ਬਾਣ ਪੱਧਰ ਕਰ ਦਾਂਗੇ, ਜਿਹੜਾ ਪ੍ਰਬੰਧ ਡੀਜ਼ਲ ਦਾ ਹੋਵੇ ਆਪਣੇ ਕੋਲ ਉਹ, ਹੋਰ ਕੋਈ ਕਮੀ ਨਹੀਂ, ਲੰਗਰ ਦੀ ਬਹੁਤ ਸਹਿਯੋਗ ਦੇ ਰਹੇ ਨੇ ਆਪਣੇ ਖਾਲਸਾ ਐਡ ਵਾਲੇ, ਅਤੇ ਬਸ ਆਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਾਂ ਸਹਿਯੋਗ ਡੀਜ਼ਲ ਦੀ ਦਈਏ। ਅਤੇ ਸਾਰਿਆਂ ਦਾ ਬਾਈ ਧੰਨਵਾਦ ਜਿਹੜੇ ਬਾਈ। ਮੇਰਾ ਨਾਮ ਬਾਈ ਪਿੰਡ ਕਰੰਡੀ ਜ਼ਿਲ੍ਹਾ ਫਤਿਹਾਬਾਦ ਬਲਾਕ ਸਾਖੜ ਸਾਡਾ, ਅਤੇ ਮੇਰਾ ਨੰਬਰ ਹੈ 98120888970। ਜਿਹਨੇ ਬਾਈ ਨੇ ਕਿਸੇ ਸਹਿਯੋਗ ਦੇਣਾ ਬਾਈ ਮੇਰੇ ਖਾਤੇ ਨਾਲ ਪਾਈਓ, ਮੇਰੇ ਨਾਲ ਗੱਲ ਕਰਾ ਕੇ ਜੇ ਆਪਣੇ ਹੋਰ ਕੋਈ ਜ਼ਿੰਮੇਦਾਰ ਨਾਲ ਸਿੱਧਾ ਬਾਈ ਪੈਟਰੋਲ ਪੰਪ ਵਾਲੇ ਨਾਲ ਦੇ ਖਾਤੇ ਪਾਓ, ਉਹਨਾਂ ਨੂੰ ਗੂਗਲ ਪੇ ਕਰੋ ਚਾਹੇ ਉਹਨਾਂ ਦੇ ਖਾਤੇ ਪਾਓ ਬਾਈ, ਉਹ ਨਾ ਕਿਸੇ ਦੇ ਖਾਤੇ ਪਾਓ ਬਾਈ, ਕਦੇ ਇੱਥੇ ਹੋਰ ਕਈ ਖਾਤੇ ਪਾ ਕੇ ਮੁੜ ਕੇ ਉੱਡਾ ਗਾ। ਹਾਂ ਠੀਕ, ਧੰਨਵਾਦ। ਮੈਂ ਵੀ ਸਾਥੀਓ ਤੁਹਾਨੂੰ ਦਿਖਾਉਣ ਜਾ ਰਿਹਾ ਆਪਣੇ ਪਿੰਡ ਮੰਡੇਰ ਦਾ, ਜੋ ਕਿ ਰਣਜੀਤ ਸਿੰਘ ਪੁੱਤਰ ਚੰਦ ਸਿੰਘ ਉਹਨਾਂ ਦੇ ਬੇਟੇ ਦਾ ਚਾਂਦਪੁਰਾ ਬੰਨ ਕੇ ਅੱਜ ਚੱਲ ਰਿਹਾ, ਲਗਾਤਾਰ ਆਪਣੀ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਪੁੱਤਰ ਜੀ ਜੋ ਕਿ ਲਗਾਤਾਰ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਮਿੱਟੀ 4-5 ਫੁੱਟ ਮਿੱਟੀ ਸੀ, ਜੋ ਕਿ ਇਹ ਬਰੇਤੀ ਦੇ ਵਿੱਚ ਰੇਤਾ ਜਿਹਾ ਰਲਿਆ ਹੋਇਆ ਹੈ, ਬਹੁਤ ਹੀ ਭੈੜੀ ਜੀ ਮਿੱਟੀ ਹੈ। ਅਤੇ ਆਪਣੇ ਤਾਰੀ ਸਿੰਘ ਜੀ ਜਗਲਾਣ ਆਪਣੇ ਸਾਥੀ ਵੀਰ ਜੀ ਵੀ ਅੱਜ ਪਹੁੰਚੇ ਹੋਏ ਨੇ ਆਪਣੇ ਨਾਲ, ਅਤੇ ਸਾਹਮਣੇ JVC ਮਿੱਟੀ ਦੀਆਂ ਟਰਾਲੀਆਂ ਭਰ ਰਹੀਆਂ ਹਨ, ਲਗਾਤਾਰ 3-4 JVC ਮਸ਼ੀਨਾਂ ਇੱਧਰ ਚੱਲ ਰਹੀਆਂ ਹਨ।